ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ? ਠੀਕ ਠਾਕ ਹੋ? ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਅੱਜ ਇੱਕ ਪ੍ਰਿੰਟਡ ਦੁਪੱਟੇ ਨੂੰ ਦੇਖ ਕੇ ਆਪਾਂ ਸੂਟ ਬਣਾਉਣਾ। ਆਹ ਦੇਖੋ, ਮੈਂ ਤੁਹਾਨੂੰ ਦਿਖਾ ਰਹੀ ਹਾਂ, ਮਸਟਰਡ ਕਲਰ ਦਾ ਸੂਟ ਹੈ ਇਹ, ਜੋਰਜੱਟ, ਪਿਓਰ ਜੋਰਜੱਟ ਆ। ਥੋੜ੍ਹਾ ਟਰਾਂਸਪੇਰੈਂਟ ਕਰਕੇ ਕਲਰ ਦਿਖਾਈ ਨਹੀਂ ਦੇ ਰਿਹਾ। ਸੋ ਸਟਾਰਟ ਕਰਦੇ ਹਾਂ। ਪਹਿਲਾਂ ਪਤਲਾ ਕਰਕੇ ਵਾਈਟ ਕਲਰ ਲਗਾਵਾਂਗੇ। ਕਰਕੇ ਆਪਾਂ ਲਗਾ ਲਿਆ, ਵਾਈਟ ਕਲਰ ਲੱਗ ਗਿਆ ਆਪਣਾ। ਹੁਣ ਆਪਾਂ ਜਿਹੜਾ ਕਲਰ ਬਣਾਇਆ ਦੁਪੱਟੇ ਦੇ ਨਾਲ ਦਾ, ਉਹ ਵਾਲਾ ਅਪਲਾਈ ਕਰਾਂਗੇ। ਦੇਖੋ, ਤੁਹਾਨੂੰ ਕਲਰ ਤੋਂ ਜੱਜਮੈਂਟ ਹੋ ਸਕਦੀ ਹੈ ਕਿੰਨਾ ਕੁ ਪਤਲਾ, ਬਹੁਤ ਜ਼ਿਆਦਾ ਪਤਲਾ ਕੀਤਾ ਹੋਇਆ ਮੇਰਾ ਇਸ ਕਲਰ। ਇਸ ਤਰ੍ਹਾਂ ਆਪਾਂ ਡੋਟਸ ਹੀ ਲਾਉਣੀਆਂ, ਡੋਟਸ ਅੱਗੇ ਅੱਗੇ ਫੈਲਦੀਆਂ ਜਾਂਦੀਆਂ ਆਪਣੇ ਆਪ ਹੀ। ਇੱਕ ਨੈਚੁਰਲ ਜਿਹਾ ਬਣਦਾ, ਬਹੁਤ ਸੋਹਣਾ ਬਣਿਆ ਸੂਟ ਮੇਰਾ। ਜੋ ਸਾਰਾ ਸੂਟ ਬਣ ਗਿਆ ਮੈਂ ਤੁਹਾਨੂੰ ਦਿਖਾਊਂਗੀ। ਦੇਖੋ, ਆਪਣੇ ਆਪ ਹੀ ਫੈਲ ਗਿਆ ਸਾਰਾ ਕਲਰ। ਦੁਪੱਟੇ ਦੀ ਵੀ ਲੁੱਕ ਕੁਛ ਐਵੇਂ ਦੀ ਹੋਈ ਆ। ਬਾਕੀ ਜਿਹੜਾ ਆਪਾਂ ਹੱਥ ਦੇ ਨਾਲ ਪੇਂਟ ਕਰਦੇ ਹਾਂ, ਥੋੜ੍ਹਾ ਬਹੁਤ ਫਰਕ ਤਾਂ ਰਹਿ ਹੀ ਜਾਂਦਾ। ਪੂਰੀ ਕਾਪੀ ਤਾਂ ਨਹੀਂ ਆਪਾਂ ਕਰ ਸਕਦੇ, ਪਰ ਫਿਰ ਵੀ ਬਹੁਤ ਸੋਹਣਾ ਬਣ ਗਿਆ। ਬਾਕੀ ਜੋਰਜੱਟ 'ਤੇ ਜਦੋਂ ਵੀ ਤੁਸੀਂ ਕਰੋ, ਉਦੋਂ ਪਤਲਾ ਕਲਰ ਹੀ ਲੈਣਾ। ਜ਼ਿਆਦਾ ਗਾੜਾ ਕਲਰ ਜੋਰਜੱਟ 'ਤੇ ਵਧੀਆ ਪੇਂਟ ਨਹੀਂ ਹੁੰਦਾ। ਇਸ ਤਰ੍ਹਾਂ ਡੋਟਸ ਲਗਾਉਂਦੇ ਆ।
ਆਪਣੇ ਆਪ ਹੀ ਫੈਲਦਾ ਜਾਂਦਾ। ਜਿਹੜਾ ਆਪਣੇ ਆਪ ਹੀ ਫੈਲਦਾ ਉਹ ਇੱਕ ਨੈਚੁਰਲ ਜਿਹੀ ਲੁੱਕ ਆਉਂਦੀ ਹੈ ਉਹਦੇ ਵਿੱਚ। ਸੁੱਕਣ ਤੋਂ ਬਾਅਦ ਹੋਰ ਵੀ ਗ੍ਰੇਸ ਆ ਜਾਣੀ ਇਸ ਤਰ੍ਹਾਂ। ਵੇਖੋ ਇਹ ਵਾਲਾ ਪਹਿਲਾਂ ਮੇਰਾ ਫੁੱਲ ਬਣਿਆ ਹੋਇਆ, ਹੌਲੀ ਹੌਲੀ ਹਜੇ ਨੇ ਹੌਲੀ ਹੌਲੀ ਫੈਲਦੇ ਜਾਣਾ। ਥੋੜ੍ਹਾ ਬਲੈਕ ਦੇ ਨਾਲ ਆਪਾਂ ਇਹਨੂੰ ਹਾਈਲਾਈਟ ਕਰਾਂਗੇ। ਹਾਂਜੀ ਹੁਣ ਪੱਤੀਆਂ ਸਟਾਰਟ ਕਰਾਂਗੇ। ਇਹ ਵੀ ਕਲਰ ਮੈਂ ਕਾਫੀ ਪਤਲਾ ਹੀ ਲਿਆ। ਵਾਈਟ ਕਲਰ ਮੇਰਾ ਕਾਫੀ ਪਤਲਾ ਆਪਣੇ ਆਪ ਹੀ ਫੈਲ ਰਿਹਾ ਵਿੱਚ। ਇਹ ਪਹਿਲੇ ਪੱਤੇ ਦੇਖੋ ਤੁਸੀਂ ਆਪਣੇ ਆਪ ਹੀ ਫੈਲ ਗਿਆ।
ਬਲੈਕ ਨੇ ਜਿਹੜਾ ਹਾਈਲਾਈਟ ਕਰਨਾ ਵੀ ਗਿੱਲੇ ਦੇ ਵਿੱਚ ਹੀ ਕਰਨਾ ਸੀ। ਕੈਮਰੇ ਦੇ ਵਿੱਚ ਕਾਫੀ ਕਲਰ ਡਾਰਕ ਲੱਗ ਰਿਹਾ ਪਰ ਇੰਨਾ ਡਾਰਕ ਨਹੀਂ ਹੈਗਾ। ਇਸ ਤਰ੍ਹਾਂ ਬੱਤੀਆਂ ਬਣਨੀਆਂ ਹੈ। ਇਹਦੇ ਵਿੱਚ ਵਾਈਟ ਦਾ ਟੱਚ ਦੇਵਾਂਗੇ। ਵਾਈਟ ਕਲਰ ਦੇਖੋ, ਮੈਂ ਜਿਹੜਾ ਪਹਿਲਾਂ ਲਾਇਆ ਸੀ ਹੌਲੀ ਹੌਲੀ ਫੈਲਿਆ ਸੀ, ਇੱਕਦਮ ਨਹੀਂ ਫੈਲਦਾ। ਹੌਲੀ ਹੌਲੀ ਜੇ ਤੁਸੀਂ ਛੱਡੋਗੇ ਇਹਨੇ ਆਪਣੇ ਆਪ ਹੀ ਠੀਕ ਹੋ ਜਾਣਾ। ਠੀਕ ਹੈ ਜੀ, ਇਸ ਤਰ੍ਹਾਂ ਬਣਨਾ ਹੈ। ਮੈਂ ਤੁਹਾਨੂੰ ਸਾਰਾ ਸੂਟ ਦਿਖਾਉਂਦੀ ਹਾਂ। ਦੇਖੋ ਇਸ ਤਰ੍ਹਾਂ ਬਣਨਾ ਹੈ। ਦੁਪੱਟਾ ਵੀ ਦਿਖਾਉਂਦੀ ਮੈਂ ਤੁਹਾਨੂੰ। ਠੀਕ ਹੈ ਜੀ, ਇਸ ਤਰ੍ਹਾਂ ਬਣਨਾ। ਓਕੇ ਬਾਈ, ਸਤਿ ਸ਼੍ਰੀ ਅਕਾਲ, ਮਿਲਦੇ ਅਗਲੀ ਵੀਡੀਓ 'ਤੇ।